ਅੱਜ ਆਪਣੇ ਦਰਸ਼ਕਾਂ ਨੂੰ ਉਸ ਚਮਤਕਾਰੀ ਮੰਦਿਰ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਸਾਲ ਦੇ 2 ਦਿਨ ਮੇਲਾ ਲੱਗਦਾ ਹੈ। ਸਾਨਣ ਬਰਾਦਰੀ ਵੱਲੋਂ ਇਹ ਮੇਲਾ ਲਗਾਇਆ ਜਾਂਦਾ ਹੈ। ਦੂਰ ਦੁਰਾਡੇ ਤੋਂ ਲੋਕ ਇੱਥੇ ਪ੍ਰਸ਼ਾਦ ਲੈਣ ਆਉਂਦੇ ਨੇ। ਚਮਤਕਾਰੀ ਇਸ ਕਰਕੇ ਕਿਹਾ ਜਾਂਦਾ ਇਸ ਮੰਦਿਰ ਨੂੰ ਕਿਉਂਕਿ ਜਿਹੜਾ ਇਸ ਮੰਦਿਰ ਦਾ ਪ੍ਰਸ਼ਾਦ ਯਾਨੀ ਕਿ ਪਿਆਜ਼ ਔਰ ਨਮਕ ਚੱਖ ਲੈਂਦਾ ਹੈ, ਨਾ ਤਾਂ ਉਸਦੇ ਘਰ ਕਦੀ ਨਾਗ ਦੇਵਤਾ ਪਹੁੰਚੇ ਅਤੇ ਨਾ ਹੀ ਕਦੀ ਉਹਨਾਂ ਦੇ ਪਰਿਵਾਰ ਨੂੰ ਤੰਗ ਕੀਤਾ। ਪਹਿਲਾਂ ਦਰਸ਼ਨ ਜ਼ਰੂਰ ਕਰਵਾ ਦਾਂਗੇ ਇਸ ਮੰਦਿਰ ਦੇ ਕਿ ਉਹ ਹੀ ਚਮਤਕਾਰੀ ਮੰਦਿਰ ਹੈ ਜਿੱਥੋਂ ਪ੍ਰਸ਼ਾਦ ਮਿਲਦਾ ਹੈ। ਇਤਿਹਾਸ ਕੀ ਹੈ ਇਸ ਮੰਦਿਰ ਦਾ, ਕਦੋਂ ਲੱਗਦੀ ਹੈ ਮੇਲ ਇੱਥੇ, ਕਦੋਂ ਲੱਗਦਾ ਹੈ ਮੇਲਾ ਅਤੇ ਕੌਣ ਲਾਉਂਦਾ ਹੈ, ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੰਦਿਰ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਖੜ੍ਹੇ ਨੇ। ਕੀ ਨਾਮ ਹੈ ਜੀ? ਮੈਂ ਪ੍ਰਧਾਨ ਨਹੀਂ ਹਾਂ, ਮੈਂ ਸੇਵਕ ਹਾਂ, ਸ਼ਿਵ ਕੁਮਾਰ ਸਾਨਣ। ਇੱਦਾਂ ਹੀ ਦੱਸ ਦਿਓ ਜੀ ਕਿ ਇਸ ਮੰਦਿਰ ਦਾ ਇਤਿਹਾਸ ਕੀ ਆ, ਕਹਿੰਦੇ ਕਿ ਇੱਥੇ ਚਮਤਕਾਰੀ ਪ੍ਰਸ਼ਾਦ ਮਿਲਦਾ। ਇਤਿਹਾਸ ਇਹ ਹੈ, ਨਾਗ ਪੰਚਮੀ ਵਾਲਾ ਦਿਨ ਸਾਡੇ ਬਾਬਿਆਂ ਦਾ ਦਿਨ ਹੈ, ਸਾਡੇ ਕੁੱਲ ਦਾ ਮਾਲਕ ਦਾ ਦਿਨ ਹੈ। ਅਸੀਂ ਇੱਥੇ ਮੇਲਾ ਸਾਨਣ ਬਰਾਦਰੀ ਵੱਲੋਂ ਲੱਗਦਾ ਹੈ, ਲੰਗਰ ਦਾ ਬਰਾਦਰੀ ਵੱਲੋਂ ਪੂਰਾ ਪ੍ਰਬੰਧ ਹੈ। ਔਰ ਇੱਥੇ ਜਿਹੜਾ ਬੱਚੇ ਦਾ ਮੁੰਨਣ ਨਹੀਂ ਹੋਏ ਹੁੰਦੇ, ਸਾਡੇ ਬੱਚੇ ਦੇ ਕਿਸੇ ਦੇ ਮੁੰਨਣ ਨਹੀਂ ਹੁੰਦੇ, ਚਾਹੇ ਉਹ ਫੋਰਨ 'ਚ ਹੋਏ, ਉਹਦੀ ਇੱਥੇ ਨਾਗ ਪੰਚਮੀ ਦੇ ਬੱਚੇ ਦੀ ਇੱਕ ਝੱਗੀ ਆਉਂਦੀ ਹੈ ਜਿਹਨੂੰ ਆਣ ਕੇ ਮੰਨਿਆ ਜਾਂਦਾ ਹੈ ਔਰ ਪ੍ਰਭੂ ਦਾ ਨਾਮ ਲਿਆ ਜਾਂਦਾ ਹੈ। ਉਹ ਤੋਂ ਜਿੰਨੀ ਦੇਰ ਮੁੰਨਣ ਨਹੀਂ ਹੋਣੇ ਉਹ ਝੱਗੀ ਉਹਦੀ ਚੜ੍ਹਨੀ ਚੜ੍ਹਨੀ ਹੈ ਬੰਨ ਸਾਡੀ 'ਤੇ। ਇਹ ਬਾਬੇ ਦਾ ਆਸ਼ੀਰਵਾਦ ਹੈ, ਜਿਹੜਾ ਲੂਣ ਪ੍ਰਸ਼ਾਦ ਖਾਂਦਾ ਹੈ ਉਹਨੂੰ ਬਾਬੇ ਹੋਣੀ ਕੁਛ ਕਹਿੰਦੇ ਨਹੀਂ। ਇਹ ਕਦੋਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਆ, ਇਹ ਚਮਤਕਾਰੀ ਪ੍ਰਸ਼ਾਦ ਕਦੋਂ ਤੋਂ ਚੱਲਦਾ ਆ ਰਿਹਾ? ਦੇਖੋ, ਇਹ ਤੀਜੀ ਬਾਪ ਆਪਣੇ ਤੋਂ ਦਾਦੇ ਆਪਣੇ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਚਲੀ ਆ ਰਹੀ, 300 ਸਾਲ ਸਾਡੀ ਹੋ ਗਈ ਆ, ਪੁਰਾਣੀ ਚਲੀ ਆ ਰਹੀ ਬਜ਼ੁਰਗਾਂ ਦੀ। ਜਿਹੜੇ ਬਜ਼ੁਰਗ ਗਾਂ ਬੱਚਿਆਂ ਨੂੰ ਗਾਂਹ ਪਾ ਦਿੰਦੇ, ਜਿੱਦਾਂ ਅਸੀਂ ਗਾਂਹ ਬੱਚਿਆਂ ਨੂੰ ਪਾਤਾ, ਸਾਡੇ ਅੰਕਲ ਖੜ੍ਹੇ ਵਿੱਚ ਸਾਡੇ ਇੰਦਰ ਸਾਨਣ ਹੋਣੀ, ਜਿੱਦਾਂ ਇਹਨਾਂ ਸਾਨੂੰ ਗਾਂਹ ਲੈਣ 'ਚ ਲੈਣ ਦਾ, ਇੱਦਾਂ ਹੀ ਸਾਰੇ ਪਰਿਵਾਰ ਦੇ ਬੱਚੇ ਗਾਂਹ ਇੱਦਾਂ ਕੰਮ ਕਰਦੇ, ਬਾਬੇ ਦੀ ਸੇਵਾ ਕਰਦੇ ਆ ਅਤੇ ਬਾਬਾ ਫਲ ਦੇਗਾ, ਸਭ ਦਾ ਭਲਾ ਕਰੇ। ਕੀ ਨਾਮ ਹੈ ਜੀ? ਮੇਰਾ ਦਿਨੇਸ਼ ਸਾਨਣ। ਜੀ, ਕੀ ਕਹਿਣਾ ਚਾਹੋਗੇ ਇਸ ਪ੍ਰਸ਼ਾਦ ਦੀ? ਬਹੁਤ ਕਹਿੰਦੇ ਚਰਚਾ ਹੈ ਕਿ ਪ੍ਰਸ਼ਾਦ ਬੜਾ ਚਮਤਕਾਰੀ ਹੈ। ਇਹ ਪ੍ਰਸ਼ਾਦ ਜਿਹੜਾ ਲੈ ਜਾਂਦਾ, ਜਿਹੜਾ ਖਾ ਲੈਂਦਾ, ਉਹਨੂੰ ਬਾਬਾ ਜੀ ਦੇ ਫੁੱਲ ਆਸ਼ੀਰਵਾਦ ਰਹਿੰਦਾ, ਬਾਬਾ ਜੀ ਉਹਨਾਂ ਨੂੰ ਕੁਛ ਨਹੀਂ ਕਹਿੰਦੇ। ਅੱਜ ਕੁਦਰਤੀ ਗੱਲ ਹੈ ਕਿ ਮੈਂ ਸਵੇਰੇ ਆਪਣੇ ਬਾਥਰੂਮ 'ਚ ਨਹਾ ਰਿਹਾ ਸੀ, ਮੈਂ ਨਹਾ ਕੇ ਪੂੰਝ ਰਿਹਾ ਸੀ ਅਤੇ ਮੈਨੂੰ ਚਮਤਕਾਰ ਹੋਈ, ਇੱਕ ਕਿਸਮ ਦਾ ਬਾਬਾ ਜੀ ਦਾ ਹੋ ਗਿਆ ਕਿ ਮੈਨੂੰ ਬਾਬਾ ਜੀ ਨੇ ਖੁਦ ਦਰਸ਼ਨ ਆ ਕੇ ਦਿੱਤੇ। ਬਿਲਕੁਲ ਛੋਟੇ ਬਾਬਾ ਜੀ ਸੀ, ਮੈਂ ਉਸ ਤਰ੍ਹਾਂ ਹੀ ਨਾਲੀ ਦਾ ਬਾਥਰੂਮ ਦਾ ਜਾਲੀ ਜੀ ਚੁੱਕ ਕੇ ਪਾਣੀ ਦਾ ਤਰੌਂਕਾ ਦੇ ਕੇ ਉਹਨਾਂ ਨੂੰ ਪਾਣੀ 'ਚ ਪ੍ਰਵਾਹ ਤਾ। ਪਤਾ ਨਹੀਂ ਉਹ ਬਾਬਾ ਜੀ ਆਸ਼ੀਰਵਾਦ ਦੇਣ ਆਏ ਸੀ ਕਿ ਅੱਜ ਮੇਰਾ ਦਿਨ ਆ, ਕਿ ਬੱਚਿਓ ਯਾਦ ਰੱਖਿਓ ਅਤੇ ਖੁਸ਼ੀਆਂ ਨਾਲ ਕਾਫੀ ਧੂਮਧਾਮ ਨਾਲ, ਇੱਦਾਂ ਹੀ ਜਿੱਦਾਂ ਤੁਸੀਂ ਤੁਹਾਡੇ ਬਜ਼ੁਰਗ ਮਨਾਉਂਦੇ ਆਏ ਆ, ਤੁਸੀਂ ਵੀ ਇੱਦਾਂ ਹੀ ਖੁਸ਼ੀਆਂ ਨਾਲ ਮਨਾਉਂਦੇ ਰਹਿਣਾ ਅਤੇ ਇਹ ਲੀਹ ਨੂੰ ਆਪਣੇ ਤੋਂ ਗਾਂਹ ਆਪਣੇ ਬੱਚਿਆਂ ਨੂੰ ਵੀ ਗਾਂਹ ਇੱਦਾਂ ਹੀ ਸਮਝਾਉਂਦੇ ਰਹਿਣਾ। ਕਿਸੇ ਗੱਲਬਾਤ ਵੀ ਕਰਾਂਗੇ ਕਿ ਇਹ ਪ੍ਰਸ਼ਾਦ ਬਣਦਾ ਕਿਸ ਤਰ੍ਹਾਂ ਹੈ ਔਰ ਕਿਸ ਤਰ੍ਹਾਂ ਇਸ ਦੀ ਵਰਤੋਂ ਕੀਤੀ ਜਾਂਦੀ। ਇਹ ਪ੍ਰਸ਼ਾਦ ਸਾਡਾ ਜਿਹੜਾ ਵਾ, ਅੱਜ ਦੇ ਦਿਨ ਅਸੀਂ ਲੂਣ ਪਿਆਜ਼ ਜਿਹੜਾ ਦਿੰਦੇ, ਲੋਕ ਸਾਡੇ ਕੋਲ ਲੂਣ ਪਿਆਜ਼ ਵੀ ਲੈ ਕੇ ਜਾਂਦੇ ਨੇ, ਉਹ ਆਪਣੀ ਸਬਜ਼ੀ ਦੇ ਵਿੱਚ ਪਾਣ ਲੈਂਦੇ ਆ। ਜਿਹੜੀ ਸਬਜ਼ੀ ਯੂਜ਼ ਕਰਦੇ ਨਾ ਆਪਣੇ, ਉਹਦੇ ਵਿੱਚ ਲੂਣ ਵੀ, ਘਰ 'ਚ ਜਿਹੜੀ ਨੋਰਮਲ ਸਬਜ਼ੀ ਜਿਹੜੀ ਬਣਾਈ ਜਾਂਦੀ ਆ ਉਹਦੇ 'ਚ ਪਿਆਜ਼ ਯੂਜ਼ ਕਰ ਲੈਂਦੇ ਆ, ਲੂਣ ਵੀ ਸਾਡਾ, ਨਮਕ ਵੀ ਯੂਜ਼ ਕਰ ਲੈਂਦੇ ਆ। ਉਹਦੇ ਖਾਣ ਦੇ ਨਾਲ ਇਹ ਆ ਕਿ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਔਰ ਬਾਬਾ ਜੀ ਕਦੀ ਉਹ ਕਿਸੇ ਤੰਗ ਨਹੀਂ ਕਰਦੇ ਉਹਨਾਂ ਨੂੰ। ਕਹਿੰਦੇ ਕਿ ਜਿਹੜਾ ਇਸ ਮੰਦਿਰ ਦਾ ਪ੍ਰਸ਼ਾਦ ਪਿਆਜ਼ ਔਰ ਨਮਕ ਖਾ ਲੈਂਦਾ ਹੈ, ਉਸਨੂੰ ਕਦੀ ਵੀ ਜਾਂ ਉਸਦੇ ਪਰਿਵਾਰ ਦੇ ਘਰ ਕਦੀ ਨਾਗ ਦੇਵਤਾ ਨਹੀਂ ਪਹੁੰਚੇ ਔਰ ਨਾ ਹੀ ਕਦੀ ਤੰਗ ਕੀਤਾ। ਕੀ ਨਾਮ ਹੈ ਜੀ? ਹਾਂਜੀ, ਪ੍ਰਵੀਨ ਸਾਨਣ ਜੀ। ਪ੍ਰਵੀਨ, ਤੁਸੀਂ ਕੀ ਸਮਝਦੇ ਹੋ ਕਿ ਇਸ ਪ੍ਰਸ਼ਾਦ 'ਚ ਕਿੰਨੀ ਕੁ ਚਮਤਕਾਰੀ, ਕਿੰਨੀ ਕੁ ਤਾਕਤ ਔਰ ਕਿੱਥੋਂ ਕਿੱਥੋਂ ਲੋਕ ਲੈਣ ਆਉਂਦੇ ਆ? ਭਾਅ ਜੀ, ਇਹ ਨਾ ਸਾਡੀ ਪੁਰਾਤਨ ਸਾਡੇ ਬਜ਼ੁਰਗਾਂ ਦੀ ਚਲੀ ਆ ਰਹੀ ਹੈ ਰੀਤ ਜੋ ਵੀ ਆ, ਸਾਨੂੰ ਨਾ ਸਾਨਣ ਬਰਾਦਰੀ ਨੂੰ ਇੱਕ ਬਖਸ਼ ਹੈ। ਬਖਸ਼ ਦਾ ਮਤਲਬ ਕਿ ਸਾਡੇ ਘਰ ਦਾ ਅਤੇ ਸਾਡੇ ਮੰਦਿਰ ਦਾ, ਇਹਨਾਂ ਦਾ ਕੋਈ ਨਮਕ ਪਿਆਜ਼ ਅਤੇ ਛੋਲਿਆਂ ਦਾ ਕੋਈ ਵੀ ਮੂਲ ਲਗਾ ਲੈਂਦਾ ਨਾ, ਉਹਨੂੰ ਨਾਗ ਦੇਵਤਾ ਜੀ ਨਾ ਤਾਂ ਉਹਨਾਂ ਨੂੰ ਛੂੰਹਦੇ ਆ ਅਤੇ ਨਾ ਹੀ ਉਹਨਾਂ ਦੇ ਘਰ ਪ੍ਰਵੇਸ਼ ਕਰਦੇ ਆ। ਇਹ ਬਖਸ਼ਿਆ ਸਾਨੂੰ ਦੂਰੋਂ ਦੂਰੋਂ ਪੂਰੇ
ਬਟਾਲੇ ਦੀ ਗੱਲ ਨਹੀਂ ਕਰੀਏ, ਪੂਰੇ ਪੰਜਾਬ ਹਿੰਦੁਸਤਾਨ 'ਚ ਜਿੱਥੇ ਵੀ ਸਾਨਣ ਆ ਗਏ ਹੈ ਪੂਰੇ ਵਰਲਡ ਵਿੱਚ, ਉਹ ਸਾਰੇ ਸਾਨਣ ਇੱਥੇ ਆ ਕੇ ਅੱਜ ਦੇ ਦਿਨ ਸਾਰੇ ਨਮਸਤਕ ਹੁੰਦੇ ਆ ਅਤੇ ਦੂਰੋਂ ਦੂਰੋਂ ਲੋਕ ਪ੍ਰਸ਼ਾਦ ਸਾਡੇ ਕੋਲ ਸਪੈਸ਼ਲ ਮੰਗ ਕੇ ਲੈ ਕੇ ਜਾਂਦੇ ਆ ਕਿ ਭਾਅ ਜੀ ਸਾਨੂੰ ਅੱਜ ਪ੍ਰਸ਼ਾਦ ਦਿਓ, ਤੁਹਾਡੇ ਅੱਜ ਨਾਗਾ ਦਾ ਦਿਨ ਹੈ। ਦੇਸ਼ਾਂ ਵਿਦੇਸ਼ਾਂ 'ਚ ਵੀ ਇੱਥੋਂ ਬਰਦਾਸ਼ਤ ਬਿਲਕੁਲ ਭਾਅ ਜੀ, ਦੇਸ਼ਾਂ ਵਿਦੇਸ਼ਾਂ ਤੋਂ ਮੈਂ ਕਹਿੰਦਾ ਜਿੱਥੋਂ ਜਿੱਥੋਂ ਵੀ ਲੋਕਾਂ ਨੂੰ ਪਤਾ ਚੱਲਦਾ ਉਹ ਦੂਰੋਂ ਦੂਰੋਂ ਸਪੈਸ਼ਲ ਸਾਨੂੰ ਫੋਨ ਕਰਦੇ ਆ ਕਿ ਭਾਅ ਜੀ ਸਾਨੂੰ ਨਮਕ ਪਿਆਜ਼ ਭੇਜੋ। ਉਹਨਾਂ ਨੇ ਸਿਰਫ ਉਸੇ ਦਿਨ ਨਮਕ ਪਿਆਜ਼ ਆਪਣੇ ਮੂੰਹ ਲਗਾਉਣਾ ਅਤੇ ਉਹਨਾਂ ਬਾਬਾ ਜੀ ਨਾਗ ਦੇਵਤਾ ਜੀ ਜਿਹੜੇ ਆ ਉਹਨਾਂ ਨੂੰ ਕਦੀ ਨਜ਼ਰ ਤੱਕ ਵੀ ਨਹੀਂ ਆਉਂਦੇ। ਇਹ ਧੰਨਵਾਦ ਜੀ। ਤਸਵੀਰ ਜ਼ਰੂਰ ਇੱਕ ਵਾਰੀ ਦਿਖਾ ਦਾਂਗਾ ਪਹਿਲਾਂ ਕਿ ਉਹ ਇਤਿਹਾਸਿਕ ਮੰਦਿਰ ਹੈ ਜਿੱਥੇ ਪ੍ਰਸ਼ਾਦ ਮਿਲਦਾ ਹੈ, ਔਰ ਪ੍ਰਸ਼ਾਦ ਮਿਲਦਾ ਹੈ ਚਮਤਕਾਰੀ। ਜਿਹੜਾ ਵੀ ਇਸ ਮੰਦਿਰ ਦਾ ਪ੍ਰਸ਼ਾਦ ਯਾਨੀ ਕਿ ਪਿਆਜ਼ ਔਰ ਨਮਕ ਨੂੰ ਸੇਵਨ ਕਰਦਾ ਹੈ ਉਸਨੂੰ ਕਦੀ ਵੀ ਜਾਂ ਉਸਦੇ ਪਰਿਵਾਰ 'ਚ ਕਦੀ ਨਾਗ ਦੇਵਤਾ ਨਹੀਂ ਪਹੁੰਚੇ, ਨਾ ਹੀ ਕਦੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਨਾਗ ਪੰਚਮੀ ਇੱਥੇ ਮਨਾਈ ਜਾਂਦੀ ਹੈ ਔਰ ਇੱਥੇ ਇਤਿਹਾਸਿਕ ਮੇਲਾ ਲੱਗਦਾ। ਕਹਿੰਦੇ ਕਿ 300 ਸਾਲ ਤੋਂ ਵੀ ਪੁਰਾਣੀ ਪ੍ਰਥਾ ਇੱਥੇ ਚੱਲਦੀ ਆ ਰਹੀ ਆ। ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੋਥਰਾ ਬਟਾਲਾ।